ਹੈ ਚੇਅਰਮੈਨ ਮਾਰਕੀਟ ਕਮੇਟੀ ਸਰਹੰਦ, ਤੁਹਾਨੂੰ ਆਮ ਜਨਤਾ ਨੂੰ ਅਪੀਲ ਕਰਦਾ ਕਿ ਸਬਜ਼ੀਆਂ ਦੇ ਰੇਟ ਹਰ ਵੈਂਡਰ ਜਿਹੜਾ ਮਾਰਕੀਟ ਦੇ ਵਿੱਚ ਸਬਜ਼ੀ ਵੇਚਣ ਜਾਊਗਾ ਉਹਦੇ ਫੜੀ ਦੇ ਉੱਤੇ ਡਿਸਪਲੇ ਹੋਣਗੇ, ਹਰ ਰੋਜ਼ ਦੀ ਹਰ ਰੋਜ਼ ਰੇਟ ਹੋਣਗੇ। ਅਤੇ ਉਹਨਾਂ ਨੂੰ ਇਹ ਕਿਹਾ ਗਿਆ ਵੀ ਜੇਕਰ ਕੋਈ ਇਸ ਰੇਟ ਤੋਂ ਵੱਧ ਚਾਰਜ ਕਰਦਾ ਹੈ ਤਾਂ ਉਸਦੇ ਨੀਚੇ ਨੰਬਰ ਲਿਖੇ ਹੋਏ ਨੇ, ਤਾਂ ਤੁਸੀਂ ਉਹਨਾਂ ਨੰਬਰਾਂ 'ਤੇ ਉਹਨਾਂ ਦੀ ਕੰਪਲੇਂਟ ਕਰ ਸਕਦੇ। ਸਾਡਾ ਮੁੱਖ ਉਦੇਸ਼ ਇਹੀ ਹੈ ਕਿ ਜਨਤਾ ਨੂੰ ਕੰਟਰੋਲ ਰੇਟ 'ਤੇ ਜੋ ਰੇਟ ਆ ਰਹੇ ਨੇ ਉਹਦੇ ਵਿੱਚ ਲੀਸਟ ਮਾਰਜਨ ਰੱਖ ਕੇ ਮਾਰਕੀਟ ਦੇ ਵਿੱਚ ਸਬਜ਼ੀਆਂ ਅਤੇ ਫਲ ਫਰੂਟ ਮੁਹੱਈਆ ਕਰਨ। ਸਰ, ਜਿਹੜੇ ਰੇਟ ਲਿਸਟ ਲੱਗੀ ਹੋਏਗੀ ਉਹਦੇ ਨਾਲ ਜਿਹੜਾ ਵੈਂਡਰ ਹੈਗਾ ਉਹਦਾ ਨੰਬਰ ਵੀ ਹੋਏਗਾ, ਮੋਬਾਈਲ ਨੰਬਰ ਹੋਏਗਾ ਉਸਦਾ, ਤਾਂ ਜੋ ਉਹਦੀ ਸ਼ਿਕਾਇਤ ਕੀਤੀ ਜਾ ਸਕੇ ਅਗਰ ਕੋਈ ਗਲਤ ਕਰਦਾ ਤਾਂ ਜੀ? ਇਹ ਨਵੀਂ ਅਮੈਂਡਮੈਂਟ ਤੁਸੀਂ ਸਾਨੂੰ ਦੱਸੀ ਆ, ਅਸੀਂ ਅੱਜ ਤੋਂ ਬਾਅਦ ਜਿਹੜੇ ਵੈਂਡਰ ਨੂੰ ਲਿਸਟ ਰਿਲੀਜ਼ ਕਰਾਂਗੇ ਨਾਲ ਅਸੀਂ ਉਹਨਾਂ ਦਾ ਮੋਬਾਈਲ ਨੰਬਰ ਵੀ, ਮੋਬਾਈਲ ਨੰਬਰ ਅਤੇ ਨਾਮ ਵੀ ਉਹਨਾਂ ਦਾ ਲਿਖਿਆ ਜਾਏਗਾ, ਬਿਨਾਂ ਪੁੱਛੇ ਉਸਦੀ ਕੰਪਲੇਂਟ ਕੀਤੀ ਜਾ ਸਕੇ ਅਗਰ ਕੋਈ ਰੀਅਲ ਕੰਪਲੇਂਟ। ਜੇ ਕੰਪਲੇਂਟ ਕਰਨ ਵਾਲੇ ਜਿੱਥੇ ਤੁਸੀਂ ਕੰਪਲੇਂਟ ਕਰਨੀ ਹੈ ਉੱਥੇ ਚਾਰ ਨੰਬਰ ਅਸੀਂ ਦਿੱਤੇ ਹੋਏ ਨੇ, ਮੇਰਾ ਵੀ ਨੰਬਰ ਹੈ ਅਤੇ ਮੇਰੇ ਸਟਾਫ ਦੇ ਮੈਂਬਰਸ ਦਾ ਵੀ ਨੰਬਰ ਅਸੀਂ ਦਿੱਤੇ ਹੋਏ।